अब मन इतवानरजी बिस्मिल बरदरान तरीको बंदाए नाचीज़ ख़ादम आस्थान आलिया चूर शरीफ दर्जा बेदर्जा तमाम बुज़ुर्गों अजीज़ा अजीज़ों जहाँ जहाँ तक मेरी आवाज़ जाती है जहाँ जहाँ तक वहाँ वहाँ तक सबकी हिदमत में सलाम अर्ज करता हूँ असलकुम ररक दोस्त दोस्तान मोहतरम লাজ رکھتا ہے گناہ گاروں کی وہ لج پال لاج رکھتا ہے گناہ گاروں کی وہ لج پال دیر ہو بھی جائے دیتا ہے مصیبت آل دیر ہو بھی جائے دیتا ہے مصیبت آل ہاں نہ چننی جی نہ چگے جی نہ کالے جی نہ بگے جی آ نہ چننی جی نہ چگے جی نہ کالے جی نہ بگے جی پیر پنجر سن گل کیتی म नवंबर यकम नवंबर दो हज़ार आ दो हज़ार इक्की तो अगे हाँ और दर तयबा पर नज़र रखते हैं पूरी दुनिया की खबर रखते हैं दर तयबा पर नज़र रखते हैं पूरी दुनिया की खबर रखते हैं और कुछ बुली तो कुछ खंदे कुत्ते कुछ बुली तो कुछ खंदे कुत्ते मैं अख नोट कतूरा ਆੜ ਗਿਆ ਮੁਰਸ਼ਦ ਤੇਰੇ ਦਰ ਤੇ ਪਾ ਕਰਮ ਦਾ ਟੂੜਾ ਆ ਪਾ ਕਰਮ ਦਾ ਟੂੜਾ ਹੁਣ ਜਿਹੜੀ ਗੱਲ ਹੈ ਤੁਹਾਡੇ ਨਾਲ ਕਰਨੀ ਚਾਹਨਾ ਜਿਸ ਵਾਸਤੇ ਆਣ ਕੇ ਮੈਂ ਬੈਠਿਆ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱੱਲਾ ਅੱਲਾ ਜੰਮਿਆ ਕਰੇ ਆ ਇਹ ਜਿਹੜੇ ਮਾਮਲਾਤ ਹਨ ਨਾ ਐ ਹਲਤ ਕੋ ਨਾ ਇਹ ਜਸ਼ਨ Eid Milad un Nabi और माहाना महफिल ग्यारहवीं शरीफ हाँ पाँच नवंबर बेरोज़ जुम्मत मुबारक दो हजार इक्की बमाज़ मगरब का रात दस बजे तक हैं आस्थाना आलिया घोंसिया मजदिया चिश्तिया कोकाफ शरीफ सैदपुर सकीम नंबर दो नज गौरमेंट कॉमर्स कॉलेज सैटेलाइट टोन ई ब्लॉक न्यू फगवाड़ी रावलपिंडी ਆ ਇਹ ਬਲਾਗ ਨਿਊ ਫਗਵਾੜੀ 라ਵਲਪਿੰਡੀ گورਨਮੈਂਟ ਕਾਮਰਸ ਕਾਲਜ ਪ੍ਰਾਈਵੇਟ ਨਾ گورਨਮੈਂਟ ਕਾਮਰਸ ਕਾਲਜ ਆ ਆ ਇਹ ਜਿਹੜੀ ਸਾਰਿਆਂ ਕੋਲੋਂ ਬਿਹਤਰੀਨ ਚੀਜ਼ ਹੈ ਆ ਨਲਾਜ ਮਰੀਦੋਂ ਕੀ ਉਮੀਦ ਕੀ ਕਿਰਨ ਕਿਸੇ ਨੂੰ ਸ਼ੁਗਰ ਹੈ ਸ਼ੁਗਰ ਕਾਲੇ ਛੋਲੇ ਵਜ਼ੂ ਕਰਕੇ ਪਹਿਲੇ ਵਜ਼ੂ ਕਰੇ ਵਜ਼ੂ ਕੋਲੋਂ ਪਹਿਲੇ ਆਪਣੇ ਨਖਨ ਕਟੇ ਨਾਖਣ ਕੱਢ ਕੇ ਹੱਥਾਂ ਪੈਰਾਂ ਦੀ ਜਿਸਮ ਦੀ ਸਫਾਈ ਕਰਕੇ ਆ ਅچھے ਤਰੀਕੇ ਨਾਲ ਸਫਾਈ ਕਰਕੇ ਨਾਕੇ ਮੁਕੰਮਲ ਵਜ਼ੂ ਕਰਕੇ ਤਰੇ ਪਾਣੀ ਨਾਲ ਕਾਲੇ ਛੋਲੇ ਆ ਪਕਾਣੇ ਵਾਲੇ ਕਾਲੇ ਛੋਲੇ ਜਿਹੜੇ ਹੁੰਦੇ ਨੇ ਇਕ ਚਿੱਟੇ ਛੋਲੇ ਹੁੰਦੇ ਨੇ ਇਹ ਕਾਲੇ ਛੋਲੇ ਹੁੰਦੇ ਨੇ ਪੂਜੇ ਦੇ ਨਾ ਆ ਕੱਚੇ ਆ ਤਰੇ ਪਾਣੀ ਨਾਲ ਧੋ ਕੇ ਖੁਸ਼ਕ ਕਰਕੇ ਆ ਪਲਾਸਟਿਕ ਦੀ ਥਾਲੀ ਨਹੀਂ ਪਾਣੇ ਆ ਪਲਾਸਟਿਕ ਦੀ ਥਾਲੀ ਨਹੀਂ ਪਾਣੇ ਜਿਹੜੀ ਗੱਲ ਆਖਣਾ ਨਿਪੋਣ ਇਹ ਕਪੜੇ ਦੀ ਗੁੱਥੀ ਅੰਦਰ ਥੈਲੀ ਅੰਦਰ ਪਾਣਨ ਕਪੜੇ ਅੰਦਰ ਬੰਨ ਕੇ ਲੈ ਕੇ ਆਣਨ ਹਾਂ ਜਿਹੜੀ ਗੱਲ ਆਖਣਾ ਪਿਆ ਇਹ ਸਮਝ ਗਿਓ ਨਾ ਜਿਹੜੀ ਮੈਂ ਜਿਹੜੀ ਚੀਜ਼ ਤਕਾਉਂਦਾ ਪਿਆ ਮਾਸ਼ਾਅੱਲਾ ਹਾਂ ਇਹ ਤੁਸਨ ਨਾਲ ਤਕਾਸੀ ਹਾਂ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਸੁੰਡ ਲੈ ਆਓ ਅਦਰਕ ਲੈ ਆਓ ਹਾਂ ਸੁੰਡ ਲੈ ਆਓ ਅਦਰਕ ਲੈ ਆਓ ਕਲਵੰਜੀ ਲੈ ਆਓ ਇਹ ਕਲਵੰਜੀ ਲੈ ਆਓ ਉਸ ਤੋਂ ਬਾਅਦ ਇੱਕ ਸੇਬ ਦਾ ਸਰਕਾ ਹੈ ਹਾਂ ਸੇਬ ਦਾ ਸਰਕਾ ਹੈਗਾ ਹਾਂ ਅਮਰੀਕਾ ਦਾ ਹੁੰਦਾ ਇਧਰ ਅਮਰੀਕਾ ਦਾ ਹੁੰਦਾ ਹੈ ਮਹਿੰਗਾ ਨਹੀਂ ਮੇਰੇ ਅੰਦਾਜ਼ੇ ਕੋਈ 200 ਰੁਪਏ ਦਾ ਹੈ ਮਹਿੰਗਾ ਨਹੀਂਗਾ ਇਤਨਾ ਹਾਂ ਉਹ ਹੈ ਪਲਾਸਟਿਕ ਦੀ ਬੋਤਲ ਵਿੱਚ ਹਾਂ ਉਸੇ ਕੱਢ ਕੇ ਕੱਚ ਦੀ ਬੋਤਲ ਹੀ ਪਾ ਕੇ ਪਾਣੀ ਕੱਚ ਦੀ ਬੋਤਲ ਹੀ ਚੜਨਾ ਹੈ ਹਾਂ ਪਲਾਸਟਿਕ ਦੀ ਬੋਤਲ ਹੀ ਪਾਣੀ ਦਾਮ ਨਹੀਂ ਕਰਦਾ ਨਾ 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 ਦਮ ਖਤਮ ਹੋ ਜਾਂਦਾ ਇਧਰ ਪਾ ਕੇ ਬਿਜੀ ਬੋਤਲ ਹੋਵੇ ਉਸੇ ਪਾਣੀ ਪਾ ਕੇ ਆਣੋ ਉਸੇ ਚ ਸਿਰਕਾ ਪਾ ਕੇ ਲਿਆਓ ਸੇਬ ਨਾ ਮਾਸ਼ਾਅੱਲਾ और उसगर तो है ये ख़तम ब्लड प्रेशर वो खत्म, ब्लड प्रेशर प्रैशर पुदीने पत्ते हाँ पुदीने पुदीने पत्ते और उसद तो जी गल तुम करदा यह जड़ी होंगी अपनी सबुद लाचिया हो गई दालचीनी हो गई दालचीनी थोड़ी ज़्यादा है या लै शुगर आस्ते, हाँ सबुज लाचियाँ, हाँ पुदीने पत्ते ਅਮਰੂਦ ਦੇ ਜਿਹੜੇ ਪੱਤੇ ਹੁੰਦੇ ਨੇ ਅਮਰੂਦ ਦੇ ਅਮਰੂਦ ਦੇ ਜਿਹੜੇ ਪੱਤੇ ਹੁੰਦੇ ਨੇ ਇਹ ਵੀ ਲੈ ਆਓ ਆ ਬਲੱਡ ਪ੍ਰੈਸ਼ਰ ਵਸਤੇ ਇਨਸ਼ਾ ਅੱਲਾ ਇਨਸ਼ਾ ਅੱਲਾ ਇਨਸ਼ਾ ਅੱਲਾ ਜੜੋ ਨਿਕਲ ਜਾਸੀ ਚਾਰ ਯਰਮੀਆਂ ਵਿੱਚ ਚਾਰ ਯਰਮੀਆਂ ਵਿੱਚ ਛੋਲੇ ਦਮ ਕਰਵਾਉਣਾ ਤੁਹਾਡਾ ਕੰਮ ਇਹ ਚੀਜ਼ਾਂ ਦਮ ਕਰਵਾਨੀਆਂ ਤੁਹਾਡਾ ਕੰਮ ਸ਼ਫਾ ਦੇਣੀ ਮੇਰੇ ਰੱਬ ਦਾ ਕੰਮ ਹੈ ਇਲਤਜਾ ਕਰਨੀ ਮੇਰਾ ਕੰਮ ਹੈ ਗਾਇ ਮੇਰਾ ਕੰਮ ਹੈ ਗਾ ਹਾਂ ਜਿਹੜੇ ਆੜ ਦੇ ਮਰੀਜ਼ ਹਨ ਆੜ ਦੇ ਆੜ ਦੇ ਜਿਹੜੇ ਮਰੀਜ਼ ਨੇ ਉਹ ਵੀ ਪਦੀਨੇ ਦੇ ਪੱਤੇ ਲੈ ਕੇ ਆਉਣ ਅਮਰੂਦ ਦੇ ਪੱਤੇ ਲੈ ਕੇ ਆਉਣ ਗਲਵੰਜੀ ਲੈ ਕੇ ਆਉਣ ਇਹਨ ਇਨਸ਼ਾ ਅੱਲਾ ਇਨਸ਼ਾ ਅੱਲਾ ਜਿਹੜੇ ਆੜ ਦੇ ਮਰੀਜ਼ ਹਨ ਉਹ ਵੀ ਠੀਕ ਹੋ ਜਸਣ ਆ ਆ ਉਹ ਵੀ ਠੀਕ ਹੋ ਜਸਣ ਇਨਸ਼ਾ ਅੱਲਾ ਇਨਸ਼ਾ ਅੱਲਾ ਇਨਸ਼ਾ ਅੱੱਲਾ ਹੋਰ ਜਿਹੜੇ ਬਾਕੀ ਅਗਰ ਕੋਈ ਮਰਜ਼ਲੇ ਮਰੀਜ਼ ਰਹਿੰਦੇਣ ਬਾਕੀ ਹੈਣ ਹੈ ਉਹ ਤੁਸੀਂ ਆਣ ਕੇ ਜਮਰਾਤੀ 11 ਵਜੇ ਸਿ ਲੈ ਕੇ 4 ਵਜੇ ਤੱਕ ਇਤਵਾਰੇ ਵੀ 1:00 ਵਜੇ ਸੇ ਲੈ ਕੇ 4:00 ਵਜੇ ਤੱਕ ਇੱਕ ਦਿਨ ਅਗਲੇ ਦਿਨ ਟੇਮ ਲਖਵਾ ਛਡੋ ਨਾ ਆਪਣਾ ਹਾਂ ਇਹ ਫੋਨ ਨੰਬਰ ਨਾਲ ਲਿਖਿਆ ਰਈਆ ਹਾਂ ਇਹ ਜਿਹੜੇ ਮੈਂ ਤੁਸਾਂ ਜੜੀ ਗੱਲ ਦੱਸਣਾ ਪਿਆ ਹਾਂ ਉਸ ਤੋਂ ਬਾਅਦ ਜਨਾਬ ਅੱਲਾ ਇਨਸ਼ਾ ਅੱਲਾ ਇਨਸ਼ਾ ਅੱਲਾ ਮੇਰਾ ਰਬ ਆਪੜੇ ਹਬੀਬ ਦੇ ਸਦਕੇ ਤੁਸਾਂ ਨੂੰ ਸ਼ਿਫਾ ਦੇਵੇ ਔਰ ਜਿਹੜੇ ਜੜੀਆਂ ਬੱਚੀਆਂ ਬੱਚੇ ਗੈਨ ਜਿਹਨਾਂ ਰਿਸ਼ਤੇ ਰੁਕੇ ਨੇ ਇਹ ਅੱਲਾ ਪਾਗ ਅਗੇ ਦੁਆ ਕਰਦਾ ਇਹ ਜਿਹੜੀ ਦਿਨੇ ਪੜ੍ਹਾਈ ਕੀਤੀ ਇਹ ਰੱਬ ਦੀ ਬਾਰਗਾ ਵਿੱਚ ਨਬੀ ਅੱਲਾ ਸਲਤੋ ਸਲਾਮ ਨੇ ਵਸੀਲੇ ਨਾਲ ਪੇਜ ਪੇਸ਼ ਕਰਦਾ ਜਿਹਨੀਆਂ ਬੱਚੀਆਂ ਹੈ ਬੈਠੀਆਂ ਨੇ ਰਿਸ਼ਤੇ ਬਗਾਰ ਹੈ ਅੱਲਾ ਤਾਲਾ ਉਹਨਾਂ ਦੇ ਬੱਚੀਆਂ ਬੱਚਿਆਂ ਦੇ ਜਿਹੜੇ ਰਿਸ਼ਤੇ ਹੈਗੇ ਨੇ ਤੈ ਹੋ ਜਾਵਣ ਸ਼ਾਦੀਆਂ ਹੋ ਜਾਵਣ ਆਪਣੇ ਘਰਾਂ ਲਈ ਹੋ ਜਾਵਣ ਮੋਜਾ ਹੀ ਮੋਜਾ ਮੋਜਾ ਹੀ ਮੋਜਾ ਆ ਖੈਰ ਖਲਕੇ ਨੂੰ ਲਾ ਇਲਾਹ ਇਲਲਾ ਮੁਹੰਮਦ ਰਸੂਲ ਅੱਲਾ ਹੁਣ ਜਿਹੜੀ ਗੱਲ ਤੁਹਾਡੇ ਨਾਲ ਕਰਨਾ ਜਿਹੜੀ ਗੱਲ ਹੁਣ ਤੁਹਾਡੇ ਨਾਲ ਕਰਨਾ ਚਾਹੁੰਦਾ ਜਾਂ ਕਰਨਾ ਹੋਏਗੀ ਐਸਾ ਦਲੇਰਾਨਾ ਇਹ ਜਿਹੜਾ ਹੋਇਆ ਨਾ ਹਕੂਮਤ ਟੀ ਐਲ ਪੀ ਮਾਜਦਾ ਦਰਨਾ ਖਤਮ ਗ੍ਰਿਫਤਾਰ ਕਰਕੁਨ ਰਹਾ ਇਹ ਜਿਹੜੇ ਸਾਰਾ ਕੁਝ ਹੋਇਆ ਇਹ ਜਿਹੜੇ ਮਾਮਲੇات ਕਿਤੇ ਗਏ ਹੈ ਸੈਦ ਰਿਜ਼ੀ ਸਾਹਿਬ ਨਾਲ ਤਾਰੀਖ ਲਬੈਕ ਨਾਲ ਹੈ ਇਹ ਬੜਾ ਦਲੇਰ दिलराना फैसला सिर्फ़ एक कप्तान ही कर सकता था पाकिस्तान का रोशन मुस्तबिल मुस्तबिल का सूरज तुलु हो चुका है हाँ तलु है तुलू हाँ चीन ने पाकिस्तान की बड़ी टेंशन दूर कर दी हाँ चीन ने पाकिस्तान की बड़ी टेंशन चीन का जड़ा जिक्र है पाकिस्तान का जोड़ा जिक्र है ये नबीलात इस्लामनी जुबान पर भी है हाँ चीन का जिक्र वो भी पाकिस्तानी जुबान पर है नबी अलातो है जुबानीस तो सबत हों ये देखो ना पाकिस्तान ने बड़ी टेंशन दूर कर दी कर दी है यूरोप और अमेरिका ने गुटने टका दीए हाँ हाँ गुटने टका दिए ये जो बात कर रहा हूँ ये अदीज़ से भी साबित है हाँ उस तो बाद इधर मेरी गल सुनी की नहीं। एक कराची के समंदर के किनारे अब्दुल्ला शाह गाजी बान में हिजरीच बान में हिजरी में वहाँ आए हैं और फोत हुए हैं वहाँ ही दफन हो गए हैं ये गज़बा हिंद हिंदबा हिंद के अंदर शामिल होने के लिए शामिल होने के लिए जो बात कह रहा हूँ शामिल होने के लिए आए हैं और माशा ये जितने ओलियाएन अंबियान ओलियायन अंबियान महमेदी सलाम का बस जहूर हो चुक है ज़ाहिर होने का थोड़ा ही हाँ बस थोड़ा ही बस पलक चिपकाओ इन शशा इनशा इनशा जड़ी गल आखना पे हाँ अल्लाह मेहरबानी करे हाँ अल्लाह मेहरबानी करे हाँ अल्लाह फजल करे और जड़े मामला एगेन वो भी अल्लाह ताला से मेटने दी और मामलात करने दी अल्लाह तला तोफीक देवे और दूसरे नंबर उतरे एक सिख हाँ सिखों के आज़ाद वतन खालिस्तान के लिए लंदन में रिफंडम का आगाज़ काम मतदा से वोटिंग के लिए दरख्वास्त की जा, की जा चुकी है हाँ रिफंडम का अमकान पंजाब रिफंडम कमीशन ने हाँ जैसे कि अमेरिका में कईम खालस्तानी सिस्की फोर्स जस्टिस ने मुकर रखा है रिफंडम अमेरिका कनेडा ऑस्ट्रेलिया और भारत और पंजाब समेत दीगर मुल्कों में भी होगा बरतान हुकूमत ने बरतानी बरतानी बरतानिया ने ਆ ਬ੍ਰਿਟਾਨੀਆ ਹਕੂਮਤ ਨੇ ਭਾਰਤੀ ਪ੍ਰੋਗਡੰਡਾ ਮੁਸਤਰਜ ਕਰ ਦਿਆ ਉਹਨਾਂ ਅਗਿਆਇ ਥਿਰ ਫੰਡਮ ਹੋਸੀ ਅਸੀਂ ਚੈੱਕ ਕਰਦੇ ਆਂ ਔਰ ਅੱਲਾ ਦੀ ਮਿਹਰਬਾਨੀ ਨਾਲ ਬਹੁਤ ਸਾਰੇ ਸਿੱਖ ਉਥੇ ਜਿਹੜੇ ਹਾਂ ਕੰਮਕਾਜ ਕਰਦੇ ਉਹਨਾਂ ਦੇ ਜਨਾਬ ਉਥੇ ਉਹਨਾਂ ਹੋਟਲ ਰਸਟੂਰੰਟ ਉਹਨਾਂ ਛਾਪਾਂ ਦੁਕਾਨਾਂ ਬੜੇ ਬੜੇ ਰਾਤ ਬੜਾਈ ਦੇ ਉਹਨਾਂ ਦੇ ਸਿਰੇ ਉੱਪਰ ਤੇ ਇਹ ਜਿਹੜਾ ਹਿੰਦੁਸਤਾਨ ਆਪਣੇ ਪੈਰਾਂ ਤੇ ਖਲੋਤਾ ਰਿਹਾ ਹੁਣ ਉਹ ਆਪਣਾ ਅਲਾਦਾ ਵਤਨ ਮਰਨੇ ਨਿਰਬੇਰ ਔਰ ਜਿਹੜੀ ਗੱਲ ਮੈਂ ਤੁਸਾਂ ਨੂੰ ਦੱਸਣ ਲਗਾ ਹੈ ਇਹ ਜਿਹੜੀ ਇਹ ਜਿਹੜੀ ਇਹਨਾਂ ਬੜਾਈ ਇਹ ਜਿਹੜੇ ਮਾਮਲੇ ਕਿਤੇ ਇਹ ਰਫਰੰਡਮ ਦੇ سلسلے ਵਿੱਚ ਹੈ ਇਹ ਇਹ ਇਨਸ਼ਾ ਅੱਲਾ ਇਹਨਾਂ ਦੇ ਬਹੁਤ ਅچھے ਰਿਜ਼ਲਟ ਨਿਕਲਸਣ ਬਹੁਤ ਅچھے ਰਿਜ਼ਲਟ ਨਿਕਲ